बिना गलो मारती जी पता नहीं उन्होंने की होया कहते थर्ड पार्टी खत्म करती है अरलायंस ने ओ करता जे थर्ड पार्टी खत्म करनी सी तो फिर अरलायंस ने थर्ड पार्टी रखी क्यों पहला ही अपने जो स्टाफ रखा तो सारा कुछ करा लेंगे SBS कंपनी हायर ही क्यों किया सर जी साडिया मंगा वा कि सानू 3 महीने की सैलरी दी जाए साडा एक्सपीरियंस सर्टिफिकेट सानू दिता जाए साडियां आ मंगा वा सानू लिख के ददन असी जन्ने आ असी एक वारी कह सारे मुंडे चल जाणगे हाँ जी सारिया नूं प्यार भरी सत श्री अकाल दोस्तों ये जिहड़े तुसीं यूनिफॉर्म च देख रहे हो सारे नौजवान ये रातों रात बेरोजगार होए ने तो रिलायंस कंपनी जिहड़ी तुसीं सुनिया होगा रिलायंस जियो जां होर रीचार्ज भी करवाउंदे होंगे है ना तुसीं रिलायंस तो शॉपिंग करन भी जांदे होंगे ये जिहड़े नौजवान तुहानूं देख रहे ने ये सिक्योरिटी का काम करदे ने चाहे तुसीं ग्रोसरी लैण जांदे हो चाहे रिलायंस मॉल दे किसी भी पंजाब भर के मॉल के जाने हो तो अजिहे नौजवान तुहानू सिक्योरिटी की सेवा निभाते हुए दिखाई देणगे तो जिहड़े ये नौजवान ने रातों रात बेरोजगार कर दिते गए हैं तो की कारण बनता इन्हां नू बेरोजगार करन दा सारियां गल्लां बातां इन्हां तों जाणदे हां तां तुहानू दस दईए कि असीं जलंधर के रिलायंस मॉल के बिल्कुल बाहर मौजूद हाँ जिथे ये नौजवान प्रोटेस्ट कर रहे हैं कि सानू जिहड़ा नौकरी ते बहाल किया जाए तो की कारण बनता है इन्हों नौकरी तो कढ़ण दा सारिया गल्लां बातां जानते हैं फिलहाल तुसी तस्वीर देख सकते हो कि ये वो नौजवान ने जिन्हां नू रातों रात कंपनी वालों जवाब दे दिता गया है हथ खड़े कर दिते गए हैं कि हुण तुसी कोई होर रुजगार कर लो साडे वालों जवाब है आ भाजी हुणे सिक्योरिटी तुसी देख सकते हो यूनिफॉर्म पाई है सिक्योरिटी गार्ड की तो रीज़न जानते हैं भाई जी हुणा तो भी क्यों इन्हां नू नौकरी तो कढ़िया गया बाई जी सत श्री अकाल जी सत श्री अकाल जी ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਜੇ ਕੁਮਾਰ ਹੈ ਮੈਂ ਇੱਕ LPA ਦੀ ਜੌਬ ਕਰਦਾ ਸੀਗਾ ਇੱਥੇ ਤੇ ਅਜੇ ਜੀ ਕੀ ਰੀਜ਼ਨ ਬਣਦਾ ਹੈ ਅੱਜ ਤੁਸੀਂ ਇਕੱਠੇ ਹੋਏ ਹੋ ਮੁਰਦਾਬਾਦ ਦੇ ਨਾਰੇ ਲਾ ਰਹੇ ਹੋ ਇਹ ਰੀਜ਼ਨ ਕੀ ਬਣਦਾ ਹੈ ਜਿਵੇਂ ਸਾਰੇ ਨੌਜਵਾਨ ਦੱਸ ਰਹੇ ਨੇ ਕਿ ਸਾਨੂੰ ਰੁਜ਼ਗਾਰ ਮੁਕਤ ਕਰ ਦਿੱਤਾ ਗਿਆ ਯਾਨੀ ਕਿ ਸਾਡਾ ਰੁਜ਼ਗਾਰ ਖੋਲਿਆ ਗਿਆ ਤਾਂ ਹੁਣ ਤੁਸੀਂ ਇੱਥੇ ਕਿਉਂ ਇਕੱਠੇ ਹੋਏ ਸਾਡਾ ਇੱਕੋ ਰੀਜ਼ਨ ਸੀ ਸਾਨੂੰ ਅਸੀਂ ਆਪਣੀ ਸ਼ਿਫਟਾਂ ਆਫ ਕਰਕੇ ਕੱਲ੍ਹ ਡਿਊਟੀ 'ਤੇ ਗਏ ਸੀਗੇ ਇਹ ਸਾਰੇ ਜਿੰਨੇ ਵੀ ਤੁਸੀਂ ਮੇਰੇ ਟੀਮ ਮੈਂਬਰਸ ਦੇਖ ਰਹੇ ਹੋ ਇਹ ਸਾਰੇ ਆਪਣੀਆਂ ਡਿਊਟੀਆਂ ਆਫ ਕਰਕੇ ਆਏ ਸੀਗੇ ਡਿਊਟੀ ਆਫ ਕਰਨ ਤੋਂ ਬਾਅਦ ਜਿਹੜੇ ਈਵਨਿੰਗ ਵਾਲੇ ਸ਼ਿਫਟ ਦੇ ਬੰਦੇ ਸੀਗੇ ਸਟਾਫ ਸੀਗਾ ਉਹ ਸਾਰਾ ਸ਼ਾਮ ਨੂੰ 11 ਵਜੇ ਸਟੋਰ ਬੰਦ ਕਰਦਾ ਆ ਤੇ ਉਸ ਤੋਂ ਬਾਅਦ ਇੱਕ ਮੈਸੇਜ ਆਉਂਦਾ ਆ ਜੋ ਸਾਡੀ ਏਜੰਸੀ ਦੇ ਫੀਲਡ ਅਫਸਰ ਨੇ ਭੇਜਿਆ ਹੈਗਾ ਤੇ ਉਹ ਮੀਟਿੰਗ ਦੇ ਵਿੱਚ ਲਿਖਿਆ ਹੈਗਾ ਕਿ ਉਹ ਜਿਹੜਾ ਇੱਕ ਮੈਸੇਜ ਆਉਂਦਾ ਉਸ ਮੈਸੇਜ ਦੇ ਵਿੱਚ ਲਿਖਿਆ ਹੈਗਾ ਕਿ ਤੁਹਾਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ ਰਾਤੋਂ ਰਾਤ ਤੇ ਇਹਦਾ ਇੱਕ ਨੋਟਿਸ ਪੀਰੀਅਡ ਹੁੰਦਾ ਹੈ ਕਿ ਸਾਨੂੰ 24 ਘੰਟੇ ਪਹਿਲਾਂ ਜਾਂ ਤਾਂ ਨਹੀਂ ਹੁੰਦਾ ਤੇ ਸਾਨੂੰ ਇਹ ਸਾਰੀ ਜਿਹੜੀ ਜਾਣਕਾਰੀ ਹੁੰਦੀ ਸਾਨੂੰ ਪਹਿਲੇ ਦੇ ਦਿੱਤੀ ਜਾਣੀ ਚਾਹੀਦੀ ਸੀ ਪਰ ਇਦਾਂ ਦੀ ਕੋਈ ਜਾਣਕਾਰੀ ਸਾਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਆ ਜਿੰਨੇ ਵੀ ਹੈਗੇ ਸਾਰੇ ਫੈਮਿਲੀ ਮੈਂਬਰ ਹੈਗੇ ਅਸੀਂ ਵੀ ਈਵਨ ਫੈਮਿਲੀ ਮੈਂਬਰ ਦੇ ਪਰਿਵਾਰ ਆ ਅਸੀਂ ਰੈਂਟ ਤੇ ਰਹਿਣ ਵਾਲੇ ਬੰਦੇ ਆ ਜਿਨ੍ਹਾਂ ਦਾ ਸਾਡਾ ਖਰਚਾ ਸਿਰਫ ਇੱਕੋ ਸੈਲਰੀ ਦਾ ਜਰੀਆ ਸੀਗਾ ਜਿਹੜਾ ਆ ਸੀਗਾ ਜਿਹਦੇ ਕਰਕੇ ਅਸੀਂ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੇ ਸੀਗੇ ਬਟ ਇਦਾਂ ਦਾ ਹੁਣ ਜਿਹੜਾ ਹੁਣ ਰਾਤੋਂ ਰਾਤ ਕੱਢ ਦਿੱਤਾ ਗਿਆ ਅਸੀਂ ਹੁਣ ਇਹ ਕਹਿੰਦੇ ਆ ਕਿ 1 ਮਹੀਨੇ ਦੀ ਸੈਲਰੀ ਲੈ ਲਓ 1 ਮਹੀਨੇ ਦੀ ਸੈਲਰੀ ਨਾਲ ਕੀ ਹੁੰਦਾ ਇਹ ਸਾਨੂੰ 10,000 ਰੁਪਏ ਦੇਣ ਨੂੰ ਹੋਰ ਤਿਆਰ ਬੈਠੇ ਤੇ ਜਿਹੜਾ ਅਸੀਂ ਕੰਮ ਕੀਤਾ ਉਹਦਾ ਉਸ ਨਾਲ ਸਾਡਾ ਕੀ ਗੁਜ਼ਾਰਾ ਹੋਏਗਾ 1 ਮਹੀਨਾ ਅੱਜ ਕੱਲ੍ਹ ਜੋਬ ਲੱਭਣ ਜਾਈਏ ਤਾਂ ਜੋਬ ਨਹੀਂ ਮਿਲਦੀ 2-2 ਮਹੀਨੇ ਗ੍ਰੈਜੂਏਸ਼ਨ ਮੈਂ ਖੁਦ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਂ ਡਿਫੈਂਸ ਲਾਈਨ ਦੇ ਵਿੱਚ ਚੁਣੀ ਸੀਗੀ ਜਦੋਂ ਮੈਂ ਕਾਲਜ ਦੇ ਵਿੱਚ ਸੀ ਤੇ ਡਿਫੈਂਸ ਲਾਈਨ ਦੇ ਵਿੱਚੋਂ ਮੇਰੀ ਜਦੋਂ ਮੈਡੀਕਲ ਆਊਟ ਹੋਣ ਤੋਂ ਬਾਅਦ ਮੈਂ ਸਿਕਿਉਰਿਟੀ ਦੇ ਵਿੱਚ ਆਇਆ ਇੱਕ ਅੱਜ ਕੱਲ੍ਹ ਦਾ ਨੌਜਵਾਨ ਇੱਕੋ ਚੀਜ਼ ਮੰਗਦਾ ਪੈਸਾ ਪੈਸਾ ਜੇ ਵਧੀਆ ਮਿਲੇਗਾ ਤਾਂ ਬੰਦਾ ਉੱਥੇ ਜਾਏਗਾ ਉਹ ਜੋਬ ਨਹੀਂ ਦੇਖਦਾ ਕਿਹੜੀ ਹੈ ਕਿ ਕੀ ਹੈ ਫੀਲਡ ਨਹੀਂ ਕਦੇ ਵੀ ਸੋਚਦਾ ਉਹਨੂੰ ਪੈਸੇ ਨਾਲ ਮਤਲਬ ਹੁੰਦਾ ਆ ਅੱਜ ਜਿਹੜਾ ਵੀ ਇੱਥੇ ਦੇਖ ਰਹੇ ਹੋ ਤੁਸੀਂ ਇਹ ਪੈਸੇ ਕਰਕੇ ਇੱਥੇ ਆ ਗਏ ਆ ਸਾਨੂੰ ਪੈਸਾ ਵਧੀਆ ਮਿਲਿਆ ਅਸੀਂ ਜੋਬ ਇਮਾਨਦਾਰੀ ਨਾਲ ਕਰਦੇ ਹਾਂ 1 ਸਾਲ ਹੋ ਚੁੱਕਿਆ ਸਾਨੂੰ ਇੱਥੇ ਕੰਮ ਕਰਦੇ ਨੂੰ 1-1.5 ਸਾਲ ਹੋ ਗਿਆ ਕਦੇ ਸਾਡੀ ਕੋਈ ਕੰਪਲੇਂਟ ਆਈ ਹੋਵੇ ਕਿਸੇ ਵੱਲੋਂ ਕੋਈ ਨਹੀਂ ਅਸੀਂ ਰਿਪੋਰਟਿੰਗ ਆਪਣੀ ਔਨ ਟਾਈਮ ਡਿਊਟੀ ਜਿਹੜੀ ਸਾਡੀ ਗੇਟਾਂ ਦੇ ਉੱਤੇ 12-12 ਈਵਨ ਮੈਂ 36-36 ਘੰਟੇ ਡਿਊਟੀ ਕੀਤੀ ਆ ਵੀ ਨੋਨ ਸਟਾਪ ਬੈਠ ਕੇ ਖੜੇ ਹੋ ਕੇ ਡਿਊਟੀਆਂ ਕਰਦੇ ਰਹੇ ਅਸੀਂ ਤੇ ਜੇ ਇਹਦਾ ਫਲ ਸਾਨੂੰ ਇਹ ਮਿਲਿਆ ਕਿ ਰਾਤ ਨੂੰ ਬਿਨਾਂ ਇਨਫੋਰਮ ਕੀਤੇ ਹੋਏ ਸਾਨੂੰ ਕੱਢ ਦਿੱਤਾ ਗਿਆ ਹੈ ਤੇ ਬਸ ਮੈਂ ਇਹੀ ਕਹਿਣਾ ਚਾਹਾਂਗੇ ਜਿਹੜਾ ਬਾਈ ਜੀ ਕੀ ਮਜਬੂਰੀ ਬਣ ਗਈ ਤੁਸੀਂ ਗ੍ਰੈਜੂਏਸ਼ਨ ਕਰਨ ਦੇ ਬਾਵਜੂਦ ਵੀ ਤੁਸੀਂ ਜਿਹੜਾ ਸਿਕਿਉਰਿਟੀ ਦੀ ਜੌਬ ਵੱਲ ਆ ਗਏ ਜੀ ਭਾਈ ਮੇਨ ਇਹ ਸੀਗਾ ਦੇਖੋ ਹਾਲਾਤ ਕਿਸੇ ਦੇ ਵਧੀਆ ਨਹੀਂ ਹੁੰਦੇ ਹਾਲਾਤਾਂ ਨੂੰ ਜਿਹੜੇ ਹਾਲਾਤਾਂ ਨੂੰ ਆਰਡਰ ਹਾਲਾਤ ਹੀ ਇੱਕ ਐਸੀ ਚੀਜ਼ ਬਣ ਜਾਂਦੇ ਆ ਜਿਹੜੇ ਬੰਦੇ ਨੂੰ
ਕਿਤੇ ਤੋਂ ਕਿਤੇ ਲੈ ਕੇ ਚਲ ਜਾਂਦੇ ਆ। ਸਾਡੇ ਹਾਲਾਤ ਸੀਗੇ ਜਿਹੜੇ ਸਾਨੂੰ ਐਮਰਜੈਂਸੀ ਪੈਂਦੀ ਆ, ਫਿਰ ਸਾਨੂੰ ਇਹ ਨਹੀਂ ਦਿਖਦਾ ਕਿ ਅਸੀਂ ਆਪਣੀ ਜਿਹੜਾ ਪ੍ਰੋਫੈਸ਼ਨ ਚੁਣਿਆ ਸੀਗਾ ਉਹਦੇ ਵਾਸਤੇ ਤਿਆਰੀ ਕਰੀਏ ਕਿ ਅਸੀਂ ਆਪਣੇ ਘਰ ਨੂੰ ਦੇਖੀਏ। ਤੇ ਅੱਜ ਕੱਲ੍ਹ ਦਾ ਨੌਜਵਾਨ ਇਹੀ ਦੇਖਦਾ ਕਿ ਸਾਡੇ ਘਰ ਨੂੰ ਕੀ ਚਾਹੀਦਾ ਆ, ਪੈਸਾ ਚਾਹੀਦਾ ਜਿਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲੇ। ਜੇ ਘਰ ਦਾ ਗੁਜ਼ਾਰਾ ਨਹੀਂ ਚੱਲੇਗਾ ਤੇ ਅਸੀਂ ਕਿੱਥੇ ਰਵਾਂਗੇ। ਮੁੱਕਦੀ ਗੱਲ ਇਹੀ ਆ, ਆਖਰੀ ਦੇ ਵਿੱਚ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਵੀ ਸਾਡੀ ਮੰਗਾਂ ਹੈਗੀਆਂ, ਸਾਨੂੰ 3 ਮਹੀਨੇ ਦੀ ਸੈਲਰੀ ਤੇ ਸਾਡਾ ਜਿਹੜਾ ਟਰਮੀਨੇਟਰ ਲੈਟਰ ਦਿੱਤਾ ਸਾਨੂੰ ਉਹਦੀ ਬਜਾਏ ਸਾਨੂੰ ਐਕਸਪੀਰੀਅੰਸ ਲੈਟਰ ਦਿੱਤਾ ਜਾਵੇ ਤਾਂ ਕਿ ਅਸੀਂ ਨਿਊ ਕੰਪਨੀ ਦੇ ਵਿੱਚ ਆਪਣੀ ਜੋਬ ਦੇ ਜੋਬ ਵਾਸਤੇ ਇੰਟਰਵਿਊ ਵਗੈਰਾ ਦੇ ਸਕੀਏ। ਸਰਦਾਰ ਸਾਹਿਬ, ਟਰਮੀਨੇਟ ਕਰਨ ਦਾ ਮਕਸਦ ਇਹ ਮਤਲਬ ਇਹ ਹੁੰਦਾ ਵੀ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਨਾ? ਇਹ ਜਿੰਨੇ ਵੀਰ ਭਰਾ ਇੱਥੇ ਖੜੇ ਨੇ ਮਤਲਬ ਇਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਕੋਈ ਪਾਰਟੀਕੂਲਰ ਰੀਜ਼ਨ ਦਿੱਤਾ ਹੋਏਗਾ? ਮੈਂ ਤੁਹਾਨੂੰ ਪਹਿਲਾਂ ਕਹਿੰਦਾ ਚਲੋ ਇਹਨਾਂ ਨੇ ਟਰਮੀਨੇਟਰ ਸਾਨੂੰ ਦੇਤਾ, ਹੁਣ ਕੱਲ ਨੂੰ ਅਸੀਂ ਕਿਤੇ ਨੌਕਰੀ ਲੈਣ ਜਾਵਾਂਗੇ ਜਿੱਦਾਂ ਇਹਨਾਂ ਨੇ ਪੁੱਛਿਆ ਵੀ ਉੱਥੋਂ ਕਿਉਂ ਛੱਡਿਆ, ਅਗਲੇ ਨੂੰ ਜਦੋਂ ਅਸੀਂ ਦਿਖਾਵਾਂਗੇ ਉਹ ਸਾਨੂੰ ਪੁੱਛਣਗੇ ਵੀ ਤੁਹਾਨੂੰ ਉੱਥੋਂ ਕਿਉਂ ਕੱਢਿਆ, ਫਿਰ ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ। ਹੁਣ ਅਸੀਂ ਗੇਟ ਬੰਦ ਕੀਤੇ ਆ, ਆਹ ਗੇਟ ਬੰਦ ਆ, ਉਹ ਗੇਟ ਬੰਦ ਆ, ਪਿੱਛੋਂ ਦਾ ਗੇਟ ਖੋਲ ਕੇ ਅੰਦਰ ਕਸਟਮਰ ਵਾਰੀ ਜਾਂਦੇ ਪਏ, ਉੱਤੇ ਮੂਲੀਆਂ ਦੇਖ ਰਿਹਾ, ਪੁਲਿਸ ਵਾਲੇ ਸਾਨੂੰ ਧੱਕਾ ਲਾ ਰਹੇ ਆ, ਕਹਿੰਦੇ ਨਹੀਂ ਤੁਸੀਂ ਗੇਟ ਖੋਲੋ, ਉੱਤੋਂ ਸਾਨੂੰ ਪ੍ਰੈਸ਼ਰ ਆ ਰਿਹਾ, ਪੁਲਿਸ ਵਾਲੇ ਲਾਠੀ ਚਾਰਜ ਹੋਊਗਾ, ਲਾਠੀ ਚਾਰਜ ਹੋਊਗਾ, ਤੁਸੀਂ ਦੇਖਦੇ ਪਏ ਆ, ਕਹਿੰਦੇ ਲਾਠੀ ਚਾਰਜ ਹੋਊਗਾ ਪੁਲਿਸ ਵਾਲਾ। ਸਰ ਜੀ ਏਦਾਂ ਨੀ ਨਾ, ਅਸੀਂ ਸਾਡੀਆਂ ਮੰਗਾਂ ਪੂਰੀਆਂ ਕਰੋ, ਅਸੀਂ ਕਹਿੰਦੇ ਲਿਖ ਕੇ ਦੇ ਦੋ। ਬਾਈ ਜੀ, ਅਸਲ ਦੇ ਵਿੱਚ ਹੁਣ ਘਟਨਾ ਕੀ ਹੋਈ ਹੈ ਤੁਹਾਡੇ ਨਾਲ, ਮੰਗਾਂ ਕੀ ਹੈਗੀਆਂ ਨੇ ਤੁਹਾਡੀਆਂ? ਮੰਨ ਲਓ ਇਹ ਤਾਂ ਪਤਾ ਲੱਗ ਗਿਆ ਹਰ ਕਿਸੇ ਨੂੰ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਤੁਹਾਨੂੰ ਟਰਮੀਨੇਟ ਕਰ ਦਿੱਤਾ ਗਿਆ, ਰਾਤੋਂ ਰਾਤ ਇੱਕ ਮੈਸੇਜ ਆਉਂਦਾ ਹੈ ਵੀ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਂਦਾ, ਹੁਣ ਤੁਹਾਡੀਆਂ ਮੰਗਾਂ ਕੀ ਹੈਗੀਆਂ ਔਰ ਕੰਪਨੀ ਨਾਲ ਸਹਿਮਤੀ ਕਿਉਂ ਨਹੀਂ ਬਣ ਰਹੀ? ਸਰ ਜੀ, ਸਾਡੀਆਂ ਮੰਗਾਂ ਵਾ ਕਿ ਸਾਨੂੰ 3 ਮਹੀਨੇ ਦੀ ਸੈਲਰੀ ਦਿੱਤੀ ਜਾਵੇ, ਸਾਡਾ ਐਕਸਪੀਰੀਅੰਸ ਸਰਟੀਫਿਕੇਟ ਸਾਨੂੰ ਦਿੱਤਾ ਜਾਵੇ, ਸਾਡੀਆਂ ਦੇ ਆਹ ਮੰਗਾਂ ਵਾ ਸਾਨੂੰ ਲਿਖ ਕੇ ਦੇਣ, ਅਸੀਂ ਜਿੰਨੇ ਆ ਅਸੀਂ ਇੱਕ ਵਾਰੀ ਕਿਹਾ ਸਾਰੇ ਮੁੰਡੇ ਚੱਲ ਜਾਣਗੇ, ਸਾਡੀਆਂ ਆਹ ਮੰਗਾਂ ਵਾ, ਬਾਕੀ ਭਰਾ ਮੇਰਾ ਬੋਲਦਾ, ਇਹਨੂੰ ਪੁੱਛੋ ਵੀ ਇਹ ਕੁਛ ਕਹਿ ਰਿਹਾ ਕਿ ਸਾਡੇ 500 ਸਟੋਰ ਓਪਨ ਹੋਣੇ ਆ, ਉਹ ਸਾਨੂੰ ਲਿਖਤੀ ਰੂਪ ਚ ਦੇਣ ਵੀ ਜਿੰਨੇ ਬੰਦੇ ਸਾਡੇ ਕੱਢੇ ਆ ਉਹ ਰੱਖੇ ਜਾਣਗੇ ਦੁਬਾਰਾ, ਉਹਨਾਂ ਨੂੰ ਕੀਤਾ ਜਾਏਗਾ, ਨਹੀਂ ਕਰ ਸਕਦੇ ਭਾਈ। ਭਾਈ ਇਹਨਾਂ ਦੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਫਿੱਟ ਕਰਤਾ, ਜਿਹੜੇ ਸਾਡੇ ਇਥੋਂ ਹਾਈ ਰੈਂਕ ਦੇ ਬੰਦੇ ਵਧੀਆ ਕੰਮ ਕਰਦੇ ਉਹ ਸਾਰੇ ਕੱਢ ਦਿੱਤੇ ਗਏ, ਇਹ ਕਿਉਂ ਇਹਨਾਂ ਨੂੰ ਪੁੱਛਿਆ ਜਾਵੇ? ਜੀ ਤੁਸੀਂ ਇਹ ਸਾਨੂੰ ਮਿੱਠੀ ਗੋਲੀ ਦੇ ਰਹੇ ਆ ਵੀ ਤੁਹਾਨੂੰ ਸਾਲ ਬਾਅਦ 500 ਸਟੋਰ ਜਾਂ ਤਾਂ 1.5 ਮਹੀਨਾ ਬਾਅਦ 500 ਸਟੋਰ ਖੋਲਿਆ ਤੁਹਾਨੂੰ ਉੱਥੇ ਰੱਖ ਲਾਂਗੇ, ਸੱਚੀ ਇਹਨਾਂ ਤੇ ਯਕੀਨ ਕਿੱਦਾਂ ਕੀਤਾ ਜਾਵੇ? ਖੜੇ ਪਿਆ ਰਾਤੀ ਜਿਹਨਾਂ ਨੇ 11 ਵਜੇ ਸਾਨੂੰ ਕਹਿਤਾ ਤੁਸੀਂ ਕੱਲ ਕੰਮ ਤੇ ਨਹੀਂ ਆਉਣਾ, ਕਿੱਦਾਂ ਯਕੀਨ ਕੀਤਾ ਜਾਵੇ? ਸੱਚੀ ਮੈਨੂੰ ਦੱਸੋ ਉਹਨਾਂ ਦੇ ਵੀ ਯਕੀਨ ਤੁਹਾਡੇ ਹਿਸਾਬ ਨਾਲ ਬਣਦਾ ਕੋਈ ਯਕੀਨ? ਤੁਸੀਂ ਮੈਨੂੰ ਦੱਸ ਦਿਓ ਵੀ ਕਿੱਦਾਂ ਯਕੀਨ ਕੀਤਾ ਜਾਵੇ? ਸੱਚੀ ਯਕੀਨ ਤੇ ਲਿਖਤੀ ਰੂਪ 'ਚ ਮਿਲਣਾ ਵਾ, ਲਿਖ ਕੇ ਸਾਨੂੰ ਦੇ ਦੇਣ ਵੀ ਆਹ ਗਾਰਡ ਵਾ ਅਸੀਂ ਨਾਂ ਲਿਖ ਕੇ ਦੇ ਦਿੰਦੇ ਹਾਂ ਵੀ ਤੁਹਾਨੂੰ 1.5 ਮਹੀਨੇ ਦਾ ਮਹੀਨੇ ਬਾਅਦ ਰੱਖ ਲਾਂਗੇ, ਸੈਨ ਕਰਵਾ ਲੈਣਾ, ਮੋਹਰ ਲਾ ਦੇਣ ਉੱਤੇ ਅਸੀਂ ਸੱਚੀ। ਬਈ ਕਿੰਨੇ ਪਰਿਵਾਰ ਹੈਗੇ ਜਿਹੜੇ ਬੇਰੋਜ਼ਗਾਰ ਹੋ ਗਏ? 100-150 ਪਰਿਵਾਰ ਆ ਗਏ ਪੂਰੇ ਪੰਜਾਬ ਦਾ ਵਾ ਸੱਚੀ, ਇਕੱਲਾ ਜਲੰਧਰ ਦਾ ਨਹੀਂ ਮਸਲਾ, ਪੂਰੇ ਪੰਜਾਬ ਦਾ ਵਾ, ਪੂਰੇ ਪੰਜਾਬ ਚੋਂ ਗਾਰਡ ਚੱਕੇ ਆ ਇੱਥੇ, ਤੁਸੀਂ ਮੰਨ ਲਓ ਮੈਂ ਕਹਿੰਦਾ 100 ਬੰਦੇ ਆ, ਪੂਰੇ ਪੰਜਾਬ ਚ ਕਿੰਨੇ ਆਉਣਗੇ? ਹਜ਼ਾਰਾਂ ਬੰਦੇ ਆ, ਰੋਜ਼ੀ ਰੋਟੀ ਦਾ ਲੱਤ ਵੱਜਣ ਵਾਲਾ ਕੰਮ ਹੋ ਗਿਆ ਜੀ, ਅਸੀਂ ਤੇ ਇਹੀ ਮੰਗ ਚਾਹੁੰਦੇ ਆ ਤੁਹਾਨੂੰ ਅੱਗੇ ਦੱਸਿਆ ਜੀ 3 ਮਹੀਨੇ। ਹਾਂਜੀ ਹਾਂਜੀ ਬਾਈ ਜੀ, ਤੁਸੀਂ ਕਹੋਗੇ ਜੀ? ਮੇਰਾ ਭਾਜੀ ਇਹੀ ਆ ਕਿ ਇਹਨਾਂ ਦੇ ਸਾਡੇ ਸਟੇਟ ਹੈੱਡ ਜਿਹੜੇ ਸੀਗੇ ਉਹ ਸਾਨੂੰ ਲੈ ਕੇ ਗਏ ਸੀਗੇ, ਉਹ ਸਾਨੂੰ ਕਹਿੰਦੇ ਸੀ ਆਪਾਂ ਗੱਲ ਕਰ ਲੈਂਦੇ ਹਾਂ ਸੁਲਾ ਸਪਾਈ ਨਾਲ ਗੱਲ ਉਹਨਾਂ ਨੇ ਇਹੀ ਕੀਤੀ, ਸਾਡੀਆਂ ਜੋ ਮੰਗਾਂ ਸੀ ਉਹ ਅੱਗੇ ਰੱਖੀਆਂ ਵੀ ਜਾਂ ਸਾਨੂੰ 3 ਮਹੀਨੇ ਸੈਲਰੀ ਦਿੱਤੀ ਜਾਵੇ ਤੇ ਜਾਂ ਸਾਨੂੰ ਮਤਲਬ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਕਿ ਸਾਨੂੰ 1.5 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਜਦੋਂ ਵੀ ਤੁਹਾਡੇ ਮਤਲਬ ਸਟੋਰ ਓਪਨ ਹੁੰਦੇ ਆ ਨਵੇਂ ਉੱਥੇ ਸਾਨੂੰ ਰੱਖਿਆ ਜਾਊਗਾ, ਦੈਨ ਅਸੀਂ ਉਹਨਾਂ ਨੂੰ ਕਿਹਾ ਜਾਂ ਲਿਖਤੀ ਰੂਪ 'ਚ ਦੇ ਦਿਓ ਜਾਂ ਸਾਨੂੰ ਸੈਲਰੀ ਦੇ ਦਿਓ, ਉਹ ਕਹਿੰਦੇ ਕਿ ਸਾਨੂੰ ਇੱਕ ਵਿਸ਼ਵਾਸ ਪਾਤਰ ਤੁਹਾਨੂੰ ਅਸੀਂ ਕਾਲ ਕਰਾਂਗੇ। ਹੁਣ ਤੁਸੀਂ ਦੱਸੋ ਜਿਹਨਾਂ ਨੂੰ ਰਾਤੋਂ ਰਾਤ ਕੱਢ ਦਿੱਤਾ ਜਾਵੇ ਅਸੀਂ ਉਹਨਾਂ 'ਤੇ ਕਿੱਦਾਂ ਵਿਸ਼ਵਾਸ ਕਰ ਸਕਦੇ 1.5 ਮਹੀਨੇ ਲਈ? ਇਸ ਕਰਕੇ ਜੀ ਹੁਣ ਇਹ ਧਰਨਾ ਲਾਇਆ ਹੋਇਆ ਵਾ, ਅਸੀਂ ਇੱਥੇ ਹੁਣ ਆਪਣੇ ਹੱਕ ਲੈ ਕੇ ਜਾਣਾ। ਬਾਈ ਜੀ, ਇੱਕ ਕਮੀਆਂ ਹੁੰਦੀਆਂ, ਮੰਨ ਲਓ ਕਿਸੇ ਕੰਪਨੀ 'ਚੋਂ ਅਪਲਾਈ ਕਰਦਾ ਹੈ ਨਾ, ਕੰਮ ਕਰਦਾ, ਉਹ 'ਚ ਕਮੀਆਂ ਹੁੰਦੀਆਂ ਉਹਨੂੰ ਕੰਪਨੀ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ ਨਾ, ਤੁਹਾਡੇ 'ਚ ਕੋਈ ਅਜਿਹੀਆਂ ਕਮੀਆਂ ਸੀਗੀਆਂ ਜਿਹੜੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ? ਸਰ ਇਹੀ ਸੀਗੀਆਂ, ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਕਿ ਇਹਨਾਂ ਨੇ ਸਾਨੂੰ ਰੱਖਿਆ ਗਿਆ ਉਸ ਗਾ, ਸਿਰਫ ਸਾਡਾ ਕੰਮ ਇਹ ਸੀਗਾ ਸਾਡਾ ਜਿੰਨਾ ਵੀ ਸਾਡਾ ਸਟੋਰ ਦੇ ਵਿੱਚ ਸਮਾਨ ਆ ਉਹ ਲੋਸ ਨੂੰ ਆਪਾਂ ਕੰਟਰੋਲ ਕਰਨਾ ਆ, ਚੋਰੀਆਂ ਤੋਂ ਬਚਾਉਣਾ ਆ, ਜਿਹੜਾ ਤੁਹਾਨੂੰ ਪਤਾ ਸਟਾਫ ਵੀ ਹੁੰਦਾ ਵਿੱਚ ਕਈ ਉਦਾਂ ਦੇ ਲੋਕ ਵੀ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਕਈ ਹੁੰਦੇ ਸਮਾਨ ਲੈ ਜਾਂਦੇ ਕੱਢ ਕੇ ਤੇ ਉਹ ਚੀਜ਼ਾਂ ਨੂੰ ਪ੍ਰੋਟੈਕਟ ਕਰਦੇ ਹਾਂ ਅਸੀਂ, ਤਾਂ ਇੱਕ ਇੰਨਾ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਸੂਈ ਵੀ ਬਾਹਰ ਨਹੀਂ ਜਾਣੀ ਚਾਹੀਦੀ ਬਿਨਾਂ ਪੇਪਰਾਂ ਤੋਂ ਤੇ ਜੇ ਅਸੀਂ ਇੰਨਾ ਕੰਮ ਕਰਦੇ ਸੀਗੇ ਤਾਂ ਸਾਨੂੰ ਇੱਦਾਂ ਇਹਨਾਂ ਨੂੰ ਐਟ ਏ ਟਾਈਮ ਜਵਾਬ ਨਹੀਂ ਦੇਣਾ ਚਾਹੀਦਾ ਸੀਗਾ ਤੇ ਬਾਕੀ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਤੁਹਾਨੂੰ ਦੱਸ ਚੁੱਕੇ ਆ, ਜੇ ਸਾਨੂੰ ਉੱਤੇ ਕੋਈ ਵਿਚਾਰਧਾਰਾ ਦਿੰਦੇ ਆ ਤਾਂ ਠੀਕ ਆ। ਹੁਣ ਸੀਨੀਅਰ ਹੋਣਗੇ ਤੁਹਾਡੇ ਕੰਪਨੀ ਦੇ ਜਾਂ ਰਿਲਾਇੰਸ ਕੰਪਨੀ ਦੇ ਜਾਂ ਜਿਹੜੇ ਸਿਕਿਉਰਿਟੀ ਏਜੰਸੀ ਦੇ ਹੋਣਗੇ, ਉਹਨਾਂ ਨੂੰ ਕੋਈ ਗੱਲਬਾਤ ਹੋਈ ਇਸ ਮਸਲੇ ਨੂੰ ਲੈ ਕੇ? ਗੱਡੀਆਂ ਲੈ ਕੇ ਭੱਜ ਗਏ ਸਰ, ਤੁਸੀਂ ਆਪ ਦੇਖੇ ਆ, ਮਾਨਕ ਸਰ ਸੀਗੇ, ਤੁਸੀਂ ਕੈਮਰੇ 'ਚ ਆਪ ਦੇਖਿਆ ਉਹ ਗੱਡੀ
ਆਪਣੀ ਮੋਟਰਸਾਈਕਲ ਲੈ ਕੇ ਭੱਜ ਕੇ ਜਦੋਂ ਉਹ ਆਏ ਆ ਉਹ ਝੂਠੇ ਸੀ ਉਹਨਾਂ ਸਕੂਟੀਆਂ ਮੋਟਰਸਾਈਕਲ ਆਪਣੀਆਂ ਗੱਡੀਆਂ ਚੱਕੀਆਂ ਉਹ ਭੱਜ ਗਏ ਇਹ ਅੱਜ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪਹਿਲਾਂ ਵਰਤਾਰਾ ਇਹੋ ਜਿਹਾ ਸੀਗਾ ਜਾਂ ਪਹਿਲਾਂ ਪਿਆਰ ਨਾਲ ਪੇਸ਼ ਹੁੰਦੇ ਸੀਗੇ ਜੀ ਪਹਿਲਾਂ ਬਹੁਤ ਵਧੀਆ ਕਹਿੰਦੇ ਆ ਨਾ ਮਿੱਠੀ ਗੋਲੀ ਖਵਾ ਕੇ ਤੇ ਕੰਮ ਲੈਣ ਵਾਲਾ ਕੰਮ ਸੀ ਜੇ 5 ਮਿੰਟ ਲੇਟ ਹੋ ਜਾਈਏ ਨਾ ਫਿਰ ਪੂਰਾ ਲੂਣ ਦਿੰਦੇ ਸੀ ਪੂਰਾ ਕਹਿੰਦੇ ਵੀ ਤੂੰ ਪਹੁੰਚਿਆ ਕਿਉਂ ਨੀ ਧੁੰਦ ਪਈ ਸੀ 10 ਮਿੰਟ ਲੇਟ ਹੋ ਜਾਈਏ ਨਾ ਸੱਜੀ ਪੂਰੀ ਕਲਾਸ ਵਾਲਾ ਕੰਮ ਹੁੰਦਾ ਸੀਗਾ ਕਿਤੇ ਕੋਈ ਰਜਿਸਟਰ ਨੀ ਮੇਨਟੇਨ ਕੀਤਾ ਉਹਨਾਂ ਨੇ ਕੁੱਤੇ ਖਾਣੀ ਕਰ ਦੇਣੀ ਸੱਜੀ ਆ ਕੇ ਸਟੋਰ ਤੇ ਉਦੋਂ ਵੀ ਅਸੀਂ ਹੈਗੇ ਸੀ ਕੰਮ ਕਰਦੇ ਸੀ ਕੋਈ ਚੱਕਰ ਨੀ ਅਸੀਂ ਕਹਿੰਦੇ ਸਾਡਾ ਕੰਮ ਸੀ ਚਲੋ ਸਾਡੇ ਕੋਲ ਗਲਤੀ ਹੋਈ ਹਨਾ ਪਰ ਹੁਣ ਸਾਨੂੰ ਬਿਨਾਂ ਗਲਤੀ ਤੋਂ ਕੱਢੀ ਜਾਂਦੇ ਆ ਕਿਹੜਾ ਇਨਸਾਫ਼ ਆ ਸੱਜੀ ਦੱਸੋ ਅਸਲ 'ਚ ਬਾਈ ਜੀ ਕੀ ਕੰਮ ਤੁਹਾਡੇ ਤੋਂ ਲਏ ਜਾਂਦੇ ਸੀ ਐਜ਼ ਏ ਸਿਕਿਉਰਿਟੀ ਗਾਰਡ ਦਾ ਤਾਂ ਮਤਲਬ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਏ ਉਹਨਾਂ ਦਾ ਮੈਂਟੈਲਿਟੀ ਇਹ ਬਣੀ ਵੀ ਇਹਨਾਂ ਨੇ ਸੁਰੱਖਿਆ ਦੇਖਣੀ ਹੈ ਨਾ ਸਿਕਿਉਰਿਟੀ ਦੇਖਣੀ ਸਿਕਿਉਰਿਟੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਤੁਹਾਡੇ ਤੋਂ ਲਏ ਜਾਂਦੇ ਸੀ ਇਹਦੇ ਵਿੱਚ ਸਰ ਇਹ ਸਾਰਾ ਡਿਸਿਪਲਨ ਵਾਲਾ ਕੰਮ ਆ ਜਿੰਨੇ ਵੀ ਬੰਦੇ ਸਾਡੇ ਸਾਰੇ ਗ੍ਰੈਜੂਏਟ ਜਾਂ ਪਲੱਸ 2 ਤੋਂ ਪਾਰ ਵਾਲੇ ਰੱਖਦੇ ਆ ਕਿਉਂਕਿ ਇਹ ਅਨਪੜ੍ਹ ਬੰਦੇ ਦਾ ਵੈਸੇ ਕੰਮ ਨਹੀਂ ਜਿੱਦਾਂ ਜੋ ਵੀ ਸਮਾਨ ਆਉਣਾ ਆ ਜੋ ਗਰੋਸਰੀ ਦਾ ਸਮਾਨ ਆਉਣਾ ਉਹ ਸਾਰੇ ਜੋ ਵੀ ਇਨਵਾਇਸ ਬਣਨੇ ਆ ਸਾਰਾ ਉਹ ਸਾਡੇ ਅੰਡਰ ਹੁੰਦਾ ਜੀ ਕਿ ਕਿੰਨਾ ਬਿੱਲ ਬਣ ਕੇ ਆਇਆ ਕਿੰਨਾ ਸਮਾਨ ਸਾਡੇ ਕੋਲ ਆਇਆ ਕਿੰਨਾ ਜਾ ਰਿਹਾ ਆ ਉਹ ਸਾਰਾ ਬਿੱਲ ਤੋਂ ਬਿਨਾਂ ਨਹੀਂ ਜਾਂਦਾ ਜੀ ਤੇ ਜੋ ਵੀ ਕਸਟਮਰ ਸਮਾਨ ਲੈ ਕੇ ਜਾ ਰਿਹਾ ਉਹ ਵੀ ਬਿੱਲ ਤੇ ਜਾਂਦੇ ਸੀ ਤੇ ਜੋ ਵੀ ਐਸਐਸ ਵਗੈਰਾ ਉਹ ਵੀ ਅਸੀਂ ਦੇਖਦੇ ਹਾਂ ਯਾਨੀ ਕਿ ਟੋਟਲੀ ਜੋ ਵੀ ਸੀ ਸਾਰਾ ਸਿਕਿਉਰਿਟੀ ਦੇ ਅੰਡਰ ਸੀ ਮੇਨ ਕੰਮ ਤਾਂ ਮੁਕਾਦਮਾ ਪੇਪਰ ਤੋਂ ਬਗੈਰ ਸਮਾਨ ਅੰਦਰ ਨਹੀਂ ਆ ਸਕਦਾ ਤੇ ਪੇਪਰ ਤੋਂ ਬਗੈਰ ਸਮਾਨ ਬਾਹਰ ਨਹੀਂ ਜਾ ਸਕਦਾ ਕੰਮ ਆ ਪੇਪਰਾਂ ਦਾ ਪੇਪਰ ਮੇਨ ਆ ਸੋਹਾਂ ਖਵਾਉਂਦੇ ਆ ਇੱਥੇ ਜਦੋਂ ਆ ਮੈਨੂੰ ਕੁਲਵੰਤ ਸਰ ਨੇ ਖੁਦ ਸੋਹਾਂ ਖਵਾਈ ਆ ਜਿਹੜੇ ਸਾਡੇ ਸੀਨੀਅਰ ਸੋਹਾਂ ਖਵਾਉਂਦੇ ਸੋਹਾਂ ਖਵਾਈ ਮੈਨੂੰ ਸੋਹਾਂ ਖਵਾਈ ਕਹਿੰਦੇ ਹਾਂ ਕੰਮ ਇਮਾਨਦਾਰੀ ਨਾਲ ਕਰਨਾ ਤੇ ਆ ਨਹੀਂ ਕਹਿਣਾ ਦੋ ਮਹੀਨਿਆਂ ਬਾਅਦ ਕਿ ਸਰ ਜੀ ਮੈਂ ਜਲੰਧਰ ਡਿਊਟੀ ਨਹੀਂ ਕਰਨੀ ਮੈਨੂੰ ਕਪੂਰਥਲੇ ਸ਼ਿਫਟ ਕਰੋ ਸੋਹਾਂ ਖਾ ਇਹ ਸੋਹਾਂ ਖਵਾਈਆਂ ਜਾਂਦੀਆਂ ਸਾਨੂੰ ਸੋਹਾਂ ਅਸਲ 'ਚ ਸਰਕਾਰੀ ਨੌਕਰੀ ਲਿਖਣਾ ਖਵਾਉਂਦੇ ਬਾਈ ਜੀ ਤੁਸੀਂ ਕਹਿ ਰਹੇ ਕੰਮ ਸਰਕਾਰੀ ਵਾਲਾ ਲੈਣਾ ਵਾ ਹੁਣ ਜਦੋਂ ਹਟਾਉਣਾ ਵਾ ਉਦੋਂ ਕਹਿਣਾ ਨਹੀਂ ਅਸੀਂ ਪ੍ਰਾਈਵੇਟ ਵਾ ਇਹ ਕਿੱਥੋਂ ਦਾ ਫਿਰ ਤੇ ਹੁਣ ਬਾਈ ਜੀ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈਗੀ ਹਲਕੇ ਚਣਾ ਲੈਣ ਵੀ ਆ ਇੱਕ ਦੋ ਦਿਨ ਵਾ ਇਹਨਾਂ ਨੇ ਅੱਖ ਉੱਕ ਕੇ ਬਹਿ ਬੂ ਕੇ ਚੱਲ ਜਾਣਾ ਇਹ ਆਪਣੇ ਮਨਾਂ ਤੋਂ ਗੱਲ ਕੱਢ ਦੇਣ ਠੀਕ ਆ ਕੋਈ ਨੀ ਸਾਨੂੰ ਅਸੀਂ ਤੁਹਾਨੂੰ ਮਹੀਨਾ ਦੋ ਮਹੀਨਾ ਚਾਰ ਮਹੀਨੇ ਬਹਿਣਾ ਪੈ ਜੂਗਾ ਨਾ ਅਸੀਂ ਪਰ ਬਹਿ ਕੇ ਜਾਵਾਂਗੇ ਏਦਾਂ ਹੁਣ ਭੱਜਦੇ ਨੀ ਜਦੋਂ ਰਾਤੀ ਤੁਹਾਨੂੰ ਮੈਸੇਜ ਆਉਂਦਾ ਹੈ ਫੈਮਿਲੀ 'ਚ ਗੱਲ ਕੀਤੀ ਹੋਊਗੀ ਤੁਸੀਂ ਵੀ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਫਿਰ ਫੈਮਿਲੀ ਦਾ ਕੀ ਕਹਿਣਾ ਸੀਗਾ ਤੁਹਾਡੀ ਦਾ ਕਹਿੰਦੇ ਮਹਾਰਾਜ ਕਿਤੇ ਤੁਸੀਂ ਕੋਈ ਕੰਮ ਕੁੰਮ ਕਰ ਲਓ ਟਿੱਕੇ ਮਹੀਨਾ ਕੁ ਲਾਉਂਦੇ ਹਟ ਜਾਂਦੇ ਹਾਂ ਤਾਂ ਭਾਜੀ ਆਹੀ ਆ ਹੁਣ ਇੱਥੇ ਟਿਕੇ ਆ ਭਾਜੀ ਵਧੀਆ ਕੰਮ ਸੀਗਾ ਹਨਾ ਹੁਣ ਭਾਜੀ ਹੁਣ ਘਰੇ ਅਸੀਂ ਕੀ ਦੱਸਿਆ ਵੀ ਸਾਨੂੰ ਜਵਾਬ ਦਿੱਤਾ ਅਗਲੇ ਕਹਿੰਦੇ ਕਿਉਂ ਜਵਾਬ ਦਿੱਤਾ ਕਾਹਤੋਂ ਹਟਾਤਾ ਰੀਜ਼ਨ ਪੁੱਛਦੇ ਆ ਸੱਜੀ ਕੀ ਰੀਜ਼ਨ ਦਈਏ ਅਸੀਂ ਤੇ ਆਹੀ ਘਰੇ ਰੀਜ਼ਨ ਦਿੱਤਾ ਵੀ ਮੈਂ ਤੇ ਰੀਜ਼ਨ ਹਾਂ ਦਿੱਤਾ ਵੀ 100 ਪਰਿਵਾਰਾਂ ਦੇ ਲੱਤ ਵੱਜ ਗਈ ਰੋਜੀ ਰੋਟੀ ਤੇ ਉਹਨਾਂ ਨੇ ਬਿਨਾਂ ਗੱਲੋਂ ਮਾਰਤੀ ਜੀ ਪਤਾ ਨਹੀਂ ਉਹਨਾਂ ਨੇ ਕੀ ਹੋਇਆ ਕਹਿੰਦੇ ਥਰਡ ਪਾਰਟੀ ਖਤਮ ਕਰਤੀ ਏਅਰਲਾਈਨਸ ਨੇ ਉਹ ਕਰਤਾ ਜੇ ਥਰਡ ਪਾਰਟੀ ਖਤਮ ਕਰਨੀ ਸੀ ਤੇ ਫਿਰ ਏਅਰਲਾਈਨਸ ਨੇ ਥਰਡ ਪਾਰਟੀ ਰੱਖੀ ਕਿਉਂ ਪਹਿਲਾਂ ਹੀ ਆਪਣੇ ਜਿਹੜਾ ਸਟਾਫ ਰੱਖਿਆ ਸੀ ਉਹ ਤੋਂ ਸਾਰਾ ਕੁਝ ਕਰਾ ਲੈਂਦੇ SBS ਕੰਪਨੀ ਨੂੰ ਹਾਇਰ ਹੀ ਕਿਉਂ ਕੀਤਾ ਵਿਦਿਨ ਮੰਥਲੀ 10 ਕਦੇ ਸੋਚਿਆ ਸੀ ਵੀ ਜਦੋਂ ਤੁਹਾਡੀ ਜੁਆਇਨਿੰਗ ਕਰਾਉਣ ਤੋਂ ਬਾਅਦ ਵੀ ਤੁਹਾਡਾ ਆ ਹਾਲ ਹੋਊਗਾ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਊਗਾ ਸੱਜੀ ਕਦੇ ਨਹੀਂ ਸੋਚਿਆ ਸੀ ਮੈਂ ਤੁਹਾਨੂੰ ਅੱਗੇ ਕਿਹਾ ਸੀ ਜਦੋਂ ਇਹਨਾਂ ਕੋ ਨੌਕਰੀ ਲੈਣ ਆਣੀ ਸੀ ਨਾ ਸੱਜੀ ਮੰਨ ਕੇ ਚਲਿਓ 10 ਦਿਨ ਖਰਾਬ ਕਰਦੇ ਆ ਐਦਾਂ ਸਰ ਨੇ ਬੈਠੇ ਹੋਣਾ ਐਦਾਂ ਸਰ ਜੀ ਖੜੇ ਰਹਿਣਾ 5-5 ਘੰਟੇ ਵਿਸ਼ਰਾਮ ਜੀ ਸੇ ਰਹਿਣਾ ਸਰ ਜੀ ਸੁਣਨਾ ਵਾ ਵੇਖਣਾ ਵਾ ਕਿ ਕਦੋਂ ਸਾਨੂੰ ਆਵਾਜ਼ ਮਾਰਦਾ ਕਦੋਂ ਸਾਡੀ ਇੰਟਰਵਿਊ ਲੈਂਦਾ ਸੱਜੀ ਫਿਰ ਉਹਨਾਂ ਨੇ ਇੰਟਰਵਿਊ ਲੈਣੀ ਆ ਤੁਸੀਂ ਮੰਨ ਲਓ 2 ਦਿਨ ਦੀ ਟ੍ਰੇਨਿੰਗ ਲਈ ਆ ਤੁਹਾਨੂੰ ਕੀ ਕਿੰਨਾ ਕੁ ਪਤਾ ਲੱਗ ਜਾਊਗਾ 2 ਦਿਨ ਤੇ ਤੁਸੀਂ ਟ੍ਰੇਨਿੰਗ ਲਈ ਆ ਤੁਹਾਨੂੰ ਕਿੰਨਾ ਕੁ ਪਤਾ ਲੱਗ ਜਾਊਗਾ ਸੱਜੀ ਫਿਰ ਇਹਨਾਂ ਨੇ ਟ੍ਰੇਲੋ ਟ੍ਰੇਨਿੰਗ ਲੈਣੀ ਇਹਨਾਂ ਨੇ ਕਹਿਣਾ ਜੀ ਤੁਸੀਂ ਨਾ 2 ਦਿਨ ਟ੍ਰੇਨਿੰਗ ਹੋਰ ਕਰੋ ਸੱਜੀ ਹਜੇ ਤੁਹਾਨੂੰ ਕੰਮ ਨਹੀਂ ਆਇਆ ਤੁਸੀਂ 2 ਦਿਨ ਟ੍ਰੇਨਿੰਗ ਹੋਰ ਕਰੋ ਕਿੱਥੇ ਕਰਨ ਜਾਂਦੇ ਹੋ ਬਾਈ ਜੀ ਟ੍ਰੇਨਿੰਗ ਸੱਜੀ ਇੱਥੇ ਹੀ ਇਹਨਾਂ ਨੇ ਤਾਂ ਛੋਟੇ ਸਟੋਰ ਨਾਲ ਡਿਊਟੀ ਲਾਉਣੀ ਆ ਇਹਨਾਂ ਨੇ ਅਲੱਗ ਅਲੱਗ ਸਟੋਰ ਕੇ ਸੱਜੀ ਇਹਨਾਂ ਨੇ ਵੱਡੇ ਸਟੋਰ ਤੇ ਇੱਥੋਂ ਟ੍ਰੇਨਿੰਗ ਲਵਾ ਦੇਣੀ ਆ ਸਟੋਰੇ ਸਟੋਰ ਤੇ ਭੇਜ ਦੇਣਾ ਆ ਚੱਕੇ ਦਾ ਜੀ ਦਾਹ ਦਾਹ ਜਿਹੜਾ ਬਾਹਰ ਨੌਕਰੀਆਂ ਲੱਗੀਆਂ ਸੱਜੀ ਇੱਥੇ ਧੁੱਪੇ ਬਹਿ ਕੇ ਰੋਟੀਆਂ ਖਾ ਕੇ ਘਰੋਂ ਰੋਟੀਆਂ ਲਿਆ ਲਿਆ ਪਾਰਕਾਂ 'ਚ ਰੋਟੀਆਂ ਖਾਧੀਆਂ ਹੋਈਆਂ ਸੱਜੀ ਫਿਰ ਜਾ ਕੇ ਨੌਕਰੀ ਮਿਲੀ ਆ ਤੇ ਹੁਣ ਸੱਜੀ ਕਿੱਦਾਂ ਛੱਡਦੀ ਆ ਆਪਣਾ ਹੱਕ ਵੀ ਨਾਲੇ ਕਿੱਦਾਂ ਚੱਲ ਜੀਏ ਦੱਸੋ ਕੀ ਨਾਮ ਆਪਣਾ ਆਪਣਾ ਮੇਰਾ ਨਾਮ ਸੱਜੀ ਪਵਨਦੀਪ ਸਿੰਘ ਬਾਈ ਜਿਹੜਾ ਅੱਜ ਦਾ ਵੀ ਪ੍ਰੈਕਟਿਕ ਤਾਂ ਉਹਦੇ ਬਾਰੇ ਕੀ ਸੱਜੀ ਇਸ ਜਿਹਾ ਕਹਿਣਾ ਚਾਹੁੰਦੇ ਆ ਵੀ ਜੇ ਸਾਨੂੰ ਜਵਾਬ ਦਿੱਤਾ ਵਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਜਿਹੜੀ ਬਣਦੀ ਸੈਲਰੀ ਹੈ 3 ਮਹੀਨਿਆਂ ਦੀ ਉਹ ਦਿੱਤੀ ਜਾਵੇ ਸਾਨੂੰ ਸਾਡਾ ਐਕਸਪੀਰੀਅੰਸ ਸਰਟੀਫਿਕੇਟ ਦਿੱਤਾ ਜਾਵੇ ਅਸੀਂ ਆਹ ਚਾਹੁੰਦੇ ਆ ਜੀ ਸਾਡੀ ਆਹ ਮੰਗ ਵਾ ਜੀ ਸਾਨੂੰ ਟਰਮੀਨੇਸ਼ਨ ਦੇਤਾ ਜੀ ਉਹ ਸਰਟੀਫਿਕੇਟ ਦੱਸੋ ਕੱਲ ਨੂੰ ਅਸੀਂ ਕਿਤੇ ਨੌਕਰੀ ਲੈਣ ਜਾਵਾਂਗੇ ਅਗਲੇ ਸਾਨੂੰ ਪੁੱਛਣਗੇ ਵੀ ਤੁਹਾਨੂੰ ਉੱਥੋਂ ਕਿਉਂ ਕੱਢਿਆ ਅਸੀਂ ਕੀ ਦੇਵਾਂਗੇ ਜਵਾਬ ਦੱਸੋ ਅਸੀਂ ਮੈਂ ਕਹਿੰਦਾ ਮੈਂ ਤੁਹਾਡੀ ਕੰਪਨੀ 'ਚ ਹੀ ਆਉਣਾ ਹੋਵੇ ਤੁਹਾਨੂੰ ਮੈਂ ਸਰਟੀਫਿਕੇਟ ਦਿਖਾਵਾਂ ਅੱਜ ਕੱਲ੍ਹ ਆਨਲਾਈਨ ਕੰਮ ਅਗਲਾ ਸਰਚ ਕਰੇ ਵੀ ਅਗਲਾ ਪਤਾ ਲੱਗੇ ਵੀ ਤੁਹਾਨੂੰ ਕਿਉਂ ਹਟਾਇਆ ਗਿਆ ਬਾਕੀ ਸਾਡੇ ਮਨੋਹਰ ਭਾਜੀ ਆ ਤੁਹਾਡੇ ਨਾਲ ਕੁਛ ਡਿਸਕਸ ਕਰਨਗੇ ਕੁਛ ਪੁਆਇੰਟ ਸਾਰੇ ਅਫਸਰਾਂ ਨੂੰ ਮਿਲੇ ਆ ਨਿਊਜ਼ ਵਾਲੇ ਖੁਦ ਵੇਖਿਆ ਵਾ ਉਹ ਗੱਡੀਆਂ ਲੈ ਕੇ ਚਲੇ ਗਏ ਉਹਨਾਂ ਕੋਲ ਜਵਾਬ ਹੀ ਹੈ ਨਹੀਂ ਸੀਨੀਅਰ ਤਾਂ ਗੱਡੀ ਲੈ ਕੇ ਭੱਜ ਗਏ ਉਹ ਭੱ
टर्मिनेट कर दिता गया उस तो पहला कदे सुना भी 500 स्टोर खुलन आले है बैठे सामने ਬਾਕੀ ਸਰਕਾਰ ਭਗਵੰਤ ਸਿੰਘ ਮਾਨ ਤੋਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਇੱਥੇ ਖੜੇ ਆ ਇਮਾਨਦਾਰੀ ਨਾਲ ਡਿਊਟੀ ਕੀਤੀ ਹੋਈ ਆ ਆ ਨਹੀਂ ਅਸੀਂ ਸੱਚੇ ਆ ਅਸੀਂ ਖੜੇ ਆ ਜਿਹੜੇ ਝੂਠੇ ਆ ਉਹ ਗੱਡੀਆਂ ਲੈ ਕੇ ਭੱਜ ਗਿਆ ਅਸੀਂ ਆਪ ਦੇਖਿਆ ਤੁਹਾਡੇ ਕੋਲ ਰਿਕਾਰਡਿੰਗਾਂ ਉਹ ਭੱਜ ਗਏ ਆ ਅਸੀਂ ਸੱਚੇ ਆ ਅਸੀਂ ਖੜੇ ਆ ਖੜੇ ਰਵਾਂਗੇ ਸਵੇਰ ਦੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਵੀ ਭਾਈ ਅਸੀਂ ਤੁਹਾਡਾ ਹੱਲ ਲੱਭਦੇ ਆ ਜਦੋਂ ਆਪਾਂ ਫੈਮਿਲੀ ਵਾਂਗੂ ਕੰਮ ਕਰਦੇ ਆ ਉਹ ਤੇ ਸਾਡੇ ਚਾਰ ਬੰਦੇ ਸੀਨੀਅਰ ਉੱਪਰ ਲੈ ਆ ਕੇ ਉਹਨਾਂ ਨੂੰ ਕਹਿੰਦੇ ਆ ਮਿੱਠੀ ਗੋਲੀ ਦਿੱਤੀ ਆ ਫੈਮਿਲੀ ਵਾਂਗੂ ਕੰਮ ਕਰਨੇ ਆਪਾਂ ਵੀ ਤੁਹਾਡੇ ਨਾਲ ਖੜੇ ਆ ਅਸਲ 'ਚ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਇਹ ਸਰ ਜੀ ਮੀਡੀਆ ਵਾਲਿਆਂ ਨੂੰ ਜੱਫੀਆਂ ਪਾ ਕੇ ਬਾਹਰ ਨੂੰ ਨਹੀਂ ਆਉਂਦੇ ਆ ਪਰ ਸਾਨੂੰ ਤਾਂ ਨਹੀਂ ਭਾਈ ਜੀ ਇਹ ਜੱਫੀਆਂ 'ਚ ਆਉਣ ਵਾਲੇ ਨਹੀਂ ਹੈਗੇ ਜੱਫੀਆਂ 'ਚ ਡੈਨਿਕ ਸਵੇਰਾ ਵਾਲਿਆਂ ਨੂੰ ਜੱਫੀਆਂ ਪਾ ਕੇ ਬਾਹਰ ਨਹੀਂ ਆਉਂਦੇ ਆ ਡੈਨਿਕ ਸਵੇਰਾ ਵਾਲਿਆਂ ਨੂੰ ਵੀਡੀਓ ਨੂੰ ਸਰ ਜੀ ਬਹੁਤ ਆ ਨਿਊਜ਼ ਚੈਨਲ ਜੇ ਕਹੀਏ ਹਜ਼ਾਰਾਂ 'ਚ ਵਾ ਠੀਕ ਹੈ ਇੱਕ ਨਿਊਜ਼ ਚੈਨਲ ਹੀ ਆ ਜਿਹੜਾ ਬੰਦੇ ਨੂੰ ਇਨਸਾਫ਼ ਦਿਵਾਉਂਦਾ ਵਾ ਇਹ ਸਾਡੀ ਉਮੀਦ ਆ ਤੁਹਾਡੇ ਤੇ ਵੀ ਤੁਸੀਂ ਸਾਨੂੰ ਇਨਸਾਫ਼ ਦਿਵਾਓ ਪੰਜਾਬ ਲੋਕ ਚੈਨਲ ਵਾਲਿਆਂ ਤੁਸੀਂ ਸਾਡੇ ਨਾਲ ਵੀ ਬੇਨਤੀ ਆ ਵੀ ਸਾਡੀ ਗੱਲ ਇਦਾਂ ਹੀ ਨਾ ਸੁਣ ਸਮਾ ਕੇ ਦੋ ਚਾਰ ਵਾਲੇ ਵੇਖ ਕੇ ਬੰਦ ਨਾ ਕਰਾ ਦਿਓ ਬਾਈ ਜੀ ਇਹ ਤਾਂ ਬੰਦ ਨਹੀਂ ਹੋਣ ਲੱਗੀ ਜੀ ਸਾਡੇ ਹੱਥ ਜੋੜ ਕੇ ਤੁਹਾਡੇ ਮੂਹਰੇ ਬੇਨਤੀ ਆ ਮਹਾਰਾਜ ਜੀ 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 ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਇਦਾਂ ਆ ਵੀ ਰਾਤੋ ਰਾਤ ਹੀ ਇਹਨਾਂ ਨੇ ਜੋ ਵੀ ਕੰਮ ਕੀਤੇ ਆ ਫੈਸਲੇ ਲਏ ਆ ਰਾਤੇ ਰਾਤ ਹੀ ਇਹਨਾਂ ਨੇ ਮੈਸੇਜ ਸਾਰਿਆਂ ਨੂੰ ਪਾਏ ਆ ਵੀ ਤੁਹਾਨੂੰ ਕਰ ਦਿੱਤਾ ਗਿਆ ਹੋਇਆ ਕੰਪਨੀ ਤੋਂ ਠੀਕ ਹੈ ਸਾਡੀ ਇਜਾਜ਼ਤ ਤੋਂ ਬਿਨਾ ਇੱਥੇ ਪਹਿਲੋਂ ਸਟੋਰ ਨਹੀਂ ਖੁੱਲਦਾ ਹੁੰਦਾ ਸੀਗਾ ਹੁਣ ਸਾਰੇ ਸਟੋਰ ਖੁੱਲਣ ਲੱਗ ਗਏ ਆ ਇਹਨਾਂ ਦੇ ਸਾਰੇ ਬੰਦੇ ਇਹਨਾਂ ਨੇ ਕੱਢਤੇ ਰਾਤੋ ਰਾਤ ਹੀ ਜਿਹਦਾ ਕਰਕੇ ਸਾਰੇ ਬੜੇ ਖੱਜਲ ਹੋ ਰਹੇ ਆ ਇੱਥੇ ਸਵੇਰ ਦੇ 6 ਵਜੇ ਤੋਂ ਆਏ ਆ ਤੇ ਇਹ ਚਾਹੁੰਦੇ ਆ ਕਿ ਅਸੀਂ ਆਪਣੇ ਬੰਦੇ ਪਤਾ ਨਹੀਂ ਕਿਹੜੇ ਰਾਤੋ ਰਾਤ ਰੱਖ ਲਿੱਤੇ ਗਏ ਹੋਏ ਆ ਜਿਹਦੇ ਨਾਲ ਇਹ ਸਟੋਰ ਆਪਣਾ ਓਪਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਇਹਨਾਂ ਨੇ ਸਾਨੂੰ ਸਟੋਰ ਦਾ ਮੁੱਢ ਬਣਾਇਆ ਹੋਇਆ ਸੀ ਤਾਂ ਹੁਣ ਅੱਜ ਦੇ ਟਾਈਮ ਤੇ ਠੋਡ ਮਾਰਨ ਦੇ ਆ ਤੇ ਸਾਨੂੰ ਸਾਡੇ ਨਾਲ ਇਹ ਵਿਤਕਾਰਾ ਚੰਗਾ ਨਹੀਂ ਹੋ ਰਿਹਾ ਤੇ ਇਹਦੇ ਲਈ ਪਲੀਜ਼ ਸਾਡੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਇਹਦਾ ਹੱਲ ਕੱਢੋ ਠੀਕ ਹੈ ਇਹ ਹੁਣ ਕਿ ਕਿਵੇਂ ਜਿਵੇਂ ਪਹਿਲਾਂ ਪਿਆਰ ਨਾਲ ਪੇਸ਼ ਹੁੰਦੇ ਸੀਗੇ ਤੁਹਾਡੇ ਸੀਨੀਅਰ ਹੁਣ ਲੱਗੇ ਵੀ ਨਹੀਂ ਲੱਗਣ ਦੇ ਸਰ ਹੁਣ ਬਿਲਕੁਲ ਲਾਗੇ ਨਹੀਂ ਲੱਗਣ ਦੇ ਹੁਣ ਤਾਂ ਕਹਿ ਰਹੇ ਤੂੰ ਕੌਣ ਤੇ ਮੈਂ ਕੌਣ ਵੀ ਕਹਿੰਦੇ ਅੱਗੇ ਤਾਂ ਕਹਿੰਦੇ ਸੀ ਤੁਹਾਡੇ ਤੋਂ ਬਿਨਾ ਸਟੋਰ ਨਹੀਂ ਖੁੱਲਣਾ ਨਾ ਸਟੋਰ ਦੇ ਵਿੱਚ ਕੋਈ ਵੀ ਸਮਾਨ ਆਉਣਾ ਹੁਣ ਸਾਰੇ ਸਟੋਰ ਇਹਨਾਂ ਦੇ ਖੁੱਲੇ ਪਏ ਆ ਬੰਦੇ ਪਤਾ ਨਹੀਂ ਕਿਹੜੇ ਇਹਨਾਂ ਨੇ ਪੁਰਾਣੇ ਬੰਦਿਆਂ ਨੂੰ ਕਹਿੰਦੇ ਚੱਕ ਕੇ ਤੂੰ ਸਟੋਰ ਖੋਲ ਤੂੰ ਇਹ ਸਮਾਨ ਰਿਸੀਵ ਕਰ ਹੁਣ ਇਹ ਦੇਖ ਲਓ ਮਾਹੌਲ ਇਦਾਂ ਦਾ ਹੋਇਆ ਪਿਆ ਵਾ ਕਿ ਬਸ ਕੀ ਕਰੀਏ ਸਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਨਾ ਪੁਲਿਸ ਮੁਲਾਜ਼ਮ ਤੁਹਾਨੂੰ ਕੀ ਕਹਿ ਰਹੇ ਇਹਨਾਂ ਨੇ ਹੀ ਸੱਦੇ ਆ ਸਭ ਪੁਲਿਸ ਪ੍ਰਸ਼ਾਸਨ ਵੀ ਹਾਂ ਜੀ ਕਿ ਹਾਂਜੀ ਕਿ ਅਸੀਂ ਕੋਈ ਇਹਨਾਂ ਨਾਲ ਕੋਈ ਹੈਪਨਿੰਗ ਨਾ ਕਰਦੇ ਇਦਾਂ ਉਦਾਂ ਪਰ ਸਾਡਾ ਇਦਾਂ ਦਾ ਕੋਈ ਵੀ ਇੰਟੈਂਸ਼ਨ ਹੈ ਨਹੀਂ ਇਹਨਾਂ ਨਾਲ ਕੁਛ ਇਦਾਂ ਕਰਨ ਅਸੀਂ ਸਿਰਫ ਆਪਣੇ ਹੱਕ ਦੀ ਕਮਾਈ ਮੰਗਣਾ ਚਾਹੁੰਦੇ 3 ਮਹੀਨੇ ਦੀ ਸਾਨੂੰ ਸੈਲਰੀ ਦਿੱਤੀ ਜਾਵੇ ਐਡਵਾਂਸ ਤੇ ਬਾਕੀ ਸਾਡਾ ਇੱਕ ਐਕਸਪੀਰੀਅੰਸ ਲੈਟਰ ਸਾਨੂੰ ਦਿੱਤਾ ਜਾਵੇ ਸਰਦਾਰ ਸਾਹਿਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਜੀ ਮੈਨੂੰ ਕੰਮ ਸੇ ਕੰਮ 6 ਮਹੀਨੇ ਹੋ ਗਏ ਸਰ ਕੰਪਨੀ 'ਚ ਕੰਮ ਕਰਦੇ ਨੂੰ ਲੇਕਿਨ ਅੱਜ ਤੱਕ ਕਦੇ ਇਹ ਨਹੀਂ ਸੁਣਿਆ ਸੀਗਾ ਵੀ ਅਚਾਨਕ ਕੱਢ ਦਿੱਤਾ ਜਾਊਗਾ ਲੇਕਿਨ 11 ਵਜੇ ਰਾਤ ਨੂੰ ਮੈਂ ਸਟੋਰ ਕਲੋਜ਼ ਕਰ ਰਿਹਾ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਤੁਹਾਨੂੰ ਇੱਕ ਮੈਸੇਜ ਆਉਂਦਾ ਕਿ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਂਦਾ ਜਿਹੜਾ ਰਾਤ ਨੂੰ ਮੈਸੇਜ ਆਉਂਦਾ ਤਾਂ ਬੰਦਾ ਮੋਰਨਿੰਗ 'ਚ ਇੱਕਦਮ ਤੋਂ ਕਿੱਦਾਂ ਕੰਮ ਲੱਭ ਲਊਗਾ ਉੱਤੋਂ ਸਰਕਾਰ ਕਹਿੰਦੀ ਹੈ ਵੀ ਨੌਜਵਾਨ ਬੇਰੁਜ਼ਗਾਰ ਆ ਜਾ ਸਾਨੂੰ ਬੇਰੁਜ਼ਗਾਰ ਕਿ ਕੰਪਨੀਆਂ ਕਰਦੀਆਂ ਨਾ ਕਿ ਸਾਨੂੰ ਸਰਕਾਰ ਕਰਦੀ ਕੀ ਪੜ੍ਹਾਈ ਕੀ ਕੀਤੀ ਹੋਈ ਭਾਈ ਜੀ ਪਲੱਸ ਟੂ ਪਾਸ ਆ ਤੇ ਲੇਕਿਨ ਅੱਜ ਤੱਕ ਇਹ ਨਹੀਂ ਕਿਤੇ ਸੁਣਿਆ ਸੀ ਰਾਤ ਰਾਤ ਕਦੇ ਵੀ ਟਰਮੀਨੇਟ ਕੀਤਾ ਜਾਊਗਾ ਪਰਿਵਾਰ 'ਚ ਦੱਸਿਆ ਹੋਗਾ ਮੈਨੂੰ ਟਰਮੀਨੇਟ ਕਰਤਾ ਵੀ ਉਹਨਾਂ ਦਾ ਕੀ ਕਹਿਣਾ ਪਤਾ ਲੱਗਿਆ ਤੇ ਪਰਿਵਾਰ ਵੀ ਦੁੱਖ ਬਣਾਉਂਦਾ ਹੈ ਕਿ ਯਾਰ ਇੱਕਦਮ ਟਰਮੀਨੇਟ ਕਰਨਾ ਜਦੋਂ ਆਪਾਂ ਕਿਤੇ ਵੀ ਜੋਬ ਲੱਭਣ ਜਾਂਦੇ ਹਾਂ ਤੇ ਉਹ ਪੁੱਛਦੇ ਆ ਵੀ ਤੁਹਾਨੂੰ ਪਹਿਲਾਂ ਐਕਸਪੀਰੀਅੰਸ ਲੈਟਰ ਦਿਖਾਓ ਜੋ ਐਕਸਪੀਰੀਅੰਸ ਲੈਟਰ ਤੋਂ ਬਾਅਦ ਜਦ ਦੇਖਿਆ ਜਾਓ ਟਰਮੀਨੇਟ ਪੇ ਬਹੁਤ ਵੱਧਾ ਕਿ ਡਾਊਟ ਬਣ ਜਾਂਦਾ ਕਿ ਤੁਸੀਂ ਟਰਮੀਨੇਟ ਕੀਤਾ ਕੋਈ ਨਾ ਕੋਈ ਗਲਤੀ ਕੀਤੀ ਹੋਣੀ ਹੈ ਅਸਲ 'ਚ ਇਹੀ ਟਰਮੀਨੇਟ ਦਾ ਮਤਲਬ ਹੀ ਇਹ ਹੁੰਦਾ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਂ ਕਿ ਰਿਜ਼ਾਈਨ ਦਿੱਤਾ ਗਿਆ ਰਿਜ਼ਾਈਨ ਦਾ ਇੱਕ ਰੀਜ਼ਨ ਇਹ ਹੁੰਦਾ ਕਿ ਬੰਦਾ ਖੁਦ ਆਪਣੀ ਕੰਪਨੀ ਛੱਡ ਰਿਹਾ ਜਿਹੜਾ ਟਰਮੀਨੇਟ ਕਰਦੇ ਆ ਟਰਮੀਨੇਟ ਦਾ ਹੁੰਦਾ ਕਿ ਇਹਨੇ ਕੁਝ ਗਲਤ ਕੀਤਾ ਹੋਣਾ ਤਾਂ ਹੀ ਟਰਮੀਨੇਟ ਕੀਤਾ ਗਿਆ ਵਾ ਕੋਈ ਕੰਪਨੀ ਰੱਖਣ ਤੋਂ ਪਹਿਲਾਂ 100 ਵਾਰ ਸੋਚਦੀ ਆ ਫਿਰ ਇਹ ਨਹੀਂ ਕਹਿੰਦੇ ਵੀ ਹਾਂ ਵੀ ਇਹਨੂੰ ਹਾਇਰ ਕਰ ਲਈਏ ਬਹੁਤ ਘੱਟ ਚਾਂਸ 100 to 10% ਚਾਂਸ ਹੁੰਦੇ ਕੰਪਨੀ ਕੋਈ ਰੱਖਦੀ ਹੈ ਟਰਮੀਨੇਟ ਨੂੰ ਸਰ ਰੱਖਦਾ ਨਹੀਂ ਕੰਪਨੀ ਦੇ ਵਿੱਚ ਇੱਕ ਸਟੋਰ ਦੇ ਵਿੱਚ ਘੱਟੋ ਘੱਟ ਵੀ 20-25 ਬੰਦੇ ਹੁੰਦੇ ਆ ਕੰਮ ਕਰਨ ਵਾਲੇ ਠੀਕ ਆ ਤੇ 20-25 ਬੰਦਿਆਂ ਵਿੱਚੋਂ ਇੱਕ ਸਾਨੂੰ ਹੀ ਕੱਢ ਦਿੱਤਾ ਗਿਆ ਆ ਕੀ ਤੁਹਾਡੇ ਕਰਕੇ ਘਾਟਾ ਹੋ ਰਿਹਾ ਵਾ ਠੀਕ ਹੈ ਕੰਪਨੀ ਘਾਟੇ 'ਚ ਚੱਲ ਰਹੀ ਆ ਆਹ ਕਿੱਥੋਂ ਦੀ ਗੱਲ ਹੋਈ ਜੀ
ਜਿਹੜੇ 20-25 ਸਟੋਰ ਆ ਉਹਨਾਂ ਕਰਕੇ ਨਹੀਂ ਘਾਟੇ ਹੋ ਰਹੇ, ਅਸੀਂ ਤੇ ਘਾਟੇ ਨੂੰ ਬਚਾਉਣ ਕਰਕੇ ਰੱਖਿਆ ਸੀ ਇਹਨਾਂ ਨੇ, ਤੇ ਹੁਣ ਅੱਜ ਨੂੰ ਕਹਿ ਰਹੇ ਜੀ ਐ ਸਾਨੂੰ ਲੋਸ ਹੋ ਰਿਹਾ ਆ, ਅਸੀਂ ਬੰਦੇ ਘਟਾ ਦਿੱਤਾ, ਸਟਾਫ ਘਟਾ ਦਿੱਤਾ, ਰਾਤੋ ਰਾਤ ਸਾਨੂੰ ਟਰਮੀਨੇਟ ਕਰ ਦਿੱਤਾ ਗਿਆ ਆ, ਜੋ ਕਿ ਬਹੁਤ ਹੀ ਗਲਤ ਆ। ਸਾਨੂੰ ਮਹੀਨਾ ਪਹਿਲਾਂ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਬਾਈ ਤੁਸੀਂ ਆਪਣਾ ਕਿਤੇ ਇੰਤਜ਼ਾਮ ਕਰਕੇ ਰੱਖੋ, ਕਿ ਤੁਹਾਡੀ ਕੋਈ ਗਰੰਟੀ ਨਹੀਂ ਹੈ। ਸਾਨੂੰ ਇੱਦਾਂ ਕੁਛ ਵੀ ਨਹੀਂ ਦੱਸਿਆ ਗਿਆ ਆ, ਸਾਨੂੰ ਬੇਵਕੂਫ ਬਣਾਇਆ ਗਿਆ ਵਾ ਇਹਨਾਂ ਨੇ, ਜੋ ਕਿ ਬਹੁਤ ਗਲਤ ਆ। ਐ ਬਾਈ ਜੀ, ਪ੍ਰੋਟੈਸਟ ਕਰਨ ਨਾਲ ਠੋਸ ਹੱਲ ਨਿਕਲਣ ਦੀ ਸੰਭਾਵਨਾ ਹੈਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਨਿਕਲ ਜੂਗਾ ਤੁਹਾਡਾ? ਸਾਨੂੰ ਜਵਾਬ ਚਾਹੀਦਾ ਇਹਨਾਂ ਤੋਂ, ਯਾ ਤਾਂ ਸਾਨੂੰ ਕਿਤੇ ਕੰਮ ਦੇਣ, ਨਹੀਂ ਤਾਂ ਸਾਨੂੰ 3 ਮਹੀਨਿਆਂ ਦੀ ਸੈਲਰੀ ਦੇਣ ਬਣਦੀ ਜਿਹੜੀ। ਬਿਲਕੁਲ। ਤਾਂ ਦਰਸ਼ਕੋ, ਜਿੰਨੇ ਵੀ ਦਰਸ਼ਕ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਦੇਰ ਨਾਲ ਜੁੜੇ ਨੇ, ਉਹਨਾਂ ਨੂੰ ਦੱਸ ਦਈਏ ਕਿ ਰਿਲਾਇੰਸ ਮਾਲ ਦੇ ਵਿੱਚ ਜਿਹੜੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਰਾਤੋ ਰਾਤ ਟਰਮੀਨੇਸ਼ਨ ਲੈਟਰ ਦੇ ਦਿੱਤੇ ਜਾਂਦੇ ਨੇ, ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਤਾਂ ਹੁਣ ਇਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਘੱਟੋ ਘੱਟ 3 ਮਹੀਨੇ ਦੀ ਇਹਨਾਂ ਨੂੰ ਸੈਲਰੀ ਦਿੱਤੀ ਜਾਏ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਰੁਜ਼ਗਾਰ ਦੀ ਭਾਲ ਕਰ ਸਕਣ। ਤਾਂ ਦੇਖਣਾ ਹੋਏਗਾ ਕਿ ਕਦੋਂ ਜਿਹੜੀ ਇਹਨਾਂ ਦੀ ਕੰਪਨੀ ਆ ਉਹਨਾਂ ਵੱਲੋਂ ਜਿਹੜਾ ਇਹਨਾਂ ਨੂੰ 3 ਮਹੀਨੇ ਦੀ ਸੈਲਰੀ ਦਿੱਤੀ ਜਾਂਦੀ ਹੈ, ਤਾਂ ਕਦੋਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ, ਮੰਗਾਂ ਮੰਨੀਆਂ ਜਾਂਦੀਆਂ ਨੇ, ਇਹ ਤਾਂ ਆਉਣ ਵਾਲਾ ਵਕਤ ਹੀ ਬਿਆਨ ਕਰੇਗਾ।